ਪੰਜਾਬੀ ਇੰਡਸਟਰੀ ਦੇ ਸਟਾਰ ਰਾਣਾ ਰਣਵੀਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ, ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਨੇ। ਹੁਣ ਉਹਨਾਂ ਨੇ ਆਪਣੇ ਕਾਲਜ ਦੀ ਇੱਕ ਝਲਕ ਵੀ ਸਾਂਝੀ ਕੀਤੀ ਹੈ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਰਾਣਾ ਰਣਵੀਰ ਨੇ ਇੱਕ ਕੈਪਸ਼ਨ ਵੀ ਲਿਖੀ, ਜਿਸ 'ਚ ਉਹਨਾਂ ਲਿਖਿਆ, ਸਾਡਾ ਕਾਲਜ ਇਹ ਹੈ ਜਿੱਥੋਂ ਨਾਟਕ ਕਰਦੇ ਇੱਕ ਐਕਟਿੰਗ ਦਾ ਬੂਟਾ ਲੱਗਿਆ, ਮੇਰੇ ਹੁਨਰ ਦੀ ਜਨਮ ਭੂਮੀ, ਮੇਰੇ ਸਾਰੇ ਅਧਿਆਪਕਾਂ ਤੇ ਸਹਿਪਾਠੀਆਂ ਨੂੰ ਪਿਆਰ ਸਤਿਕਾਰ, ਜ਼ਿੰਦਗੀ ਜ਼ਿੰਦਾਬਾਦ। ਰਾਣਾ ਰਣਵੀਰ ਨੇ ਹਾਲ ਹੀ ਦੇ ਵਿੱਚ ਬਰਨਾਲਾ 'ਚ ਆਪਣੇ ਨਾਟਕ ਮਾਸਟਰ ਜੀ ਦਾ ਮੰਚਨ ਵੀ ਕੀਤਾ ਸੀ, ਜਿਸ ਨੂੰ ਇੰਡਸਟਰੀ ਦੀਆਂ ਸ਼ਖਸੀਅਤਾਂ ਵੱਲੋਂ ਬਹੁਤ ਜ਼ਿਆਦਾ ਤਾਰੀਫ ਮਿਲੀ। ਰਾਣਾ ਰਣਵੀਰ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਨੇ। ਉਹ ਹੁਣ ਤੱਕ ਕਈ ਕਿਤਾਬਾਂ ਵੀ ਲਿਖ ਚੁੱਕੇ ਨੇ ਅਤੇ ਕਈ ਫਿਲਮਾਂ ਦੀ ਕਹਾਣੀ ਵੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਸਰਗਰਮ ਨੇ। ਉਹਨਾਂ ਨੇ ਜਿੱਥੇ ਕਾਮੇਡੀ ਕਿਰਦਾਰਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਉੱਥੇ ਹੀ ਕਈ ਸੰਜੀਦਾ ਕਿਰਦਾਰ ਵੀ ਨਿਭਾਏ ਨੇ। ਉਹਨਾਂ ਦੇ ਵੱਲੋਂ ਬਣਾਈ ਗਈ ਫਿਲਮ ਅਸੀਸ 'ਚ ਉਹਨਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਫਿਲਹਾਲ ਉਹਨਾਂ ਨੇ ਆਪਣੀਆਂ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਹਨਾਂ ਨੇ ਤਸਵੀਰਾਂ ਸਾਂਝਾ ਕਰਦੇ ਲਿਖਿਆ ਕਿ ਇੱਥੋਂ ਐਕਟਿੰਗ ਦਾ ਬੂਟਾ ਲੱਗਿਆ ਸੀ। ਭਾਵੁਕ ਹੁੰਦੇ ਹੋਏ ਨਜ਼ਰ ਆਏ ਇਹਨਾਂ ਤਸਵੀਰਾਂ ਦੇ ਵਿੱਚ, ਆਓ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ 'ਤੇ ਇੱਕ ਝਾਤ। One India channel and never miss an update.